react native tutorials ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਹਾਂਜੀ ਸੱਚੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਣਾ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਦੀਆਂ ਖਬਰਾਂ ਦੇ ਵਿੱਚ ਵੀ ਗੱਲ ਕਰਾਂਗੇ ਇਟਲੀ ਦੀ ਸਿਚੁਏਸ਼ਨ ਅਤੇ ਇੰਡੀਆ ਦੀ ਸਿਚੁਏਸ਼ਨ ਕਿਸ ਤਰ੍ਹਾਂ ਚੱਲ ਰਹੀ ਹੈ ਪਰ ਇਸ ਤੋਂ ਬਾਅਦ ਇੱਕ ਇੰਪੋਰਟੈਂਟ ਵੀਡੀਓ ਆ ਜੋ ਕਿ ਤੁਹਾਡੇ ਦੇਖਣ ਦੇ ਲਈ ਹੈ ਜਿਹਨੂੰ ਤੁਹਾਡਾ ਦੇਖਣਾ ਬਹੁਤ ਜ਼ਰੂਰੀ ਹੈ ਜੀ ਪਰ ਉਸ ਇੰਪੋਰਟੈਂਟ ਨਿਊਜ਼ ਇੰਪੋਰਟੈਂਟ ਵੀਡੀਓ ਤੋਂ ਪਹਿਲਾਂ ਇੱਕ ਖੁਸ਼ਖਬਰੀ ਵੀ ਹੈ ਜੀ ਜੋ ਕਿ ਉਸ ਵੀਡੀਓ ਤੋਂ ਬਾਅਦ ਚੱਲੇਗੀ ਜੋ ਕਿ ਸਾਰਿਆਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲਣੀ ਹੈ ਇੱਕ ਅਪਡੇਟ ਹੀ ਰੱਖੋ ਜੋ ਕਿ ਆਉਣ ਵਾਲੇ ਹਫ਼ਤੇ ਦੇ ਵਿੱਚ ਪੂਰਾ ਹੋ ਜਾਣਾ ਕੰਮ ਪੂਰਾ ਹੋ ਜਾਣਾ ਪਰ ਉਸ ਬਾਰੇ ਅਸੀਂ ਜਿਹੜੀ ਗੱਲ ਆ ਲਾਸਟ ਵਿੱਚ ਕਰਨੀ ਹੈ ਇਸ ਕਰਕੇ ਜਿਹੜੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਜੀ ਇਟਲੀ ਦੇ ਵਿੱਚ ਇਸ ਟਾਈਮ ਸਿਚੁਏਸ਼ਨ ਕੀ ਹੈ ਜੀ ਇਟਲੀ ਦੀ ਸ਼ੁਰੂਆਤ ਦੇਖਦੇ ਹਾਂ ਜੀ ਅੱਜ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਅੱਜ ਇਟਲੀ ਦੇ ਵਿੱਚ 24 ਮਰੀਜ਼ਾਂ ਦੀ ਇਸ ਮਹਾਮਾਰੀ ਦੇ ਨਾਲ ਮੌਤ ਹੋਈ ਹੈ 224 ਨਵੇਂ ਕੇਸ ਆਏ ਨੇ ਤੇ 440 ਜਿਹੜੇ ਮਰੀਜ਼ ਅੱਜ ਠੀਕ ਹੋਏ ਨੇ ਇਸ ਮਹਾਮਾਰੀ ਦੇ ਨਾਲ ਇਟਲੀ ਦੇ ਵਿੱਚ ਪਰ ਜੀਐਲਸੀ ਗੱਲ ਕਰਦੇ ਹਾਂ ਟੋਟਲ ਅੰਕੜਿਆਂ ਦੀ ਟੋਟਲ ਅੰਕੜੇ ਹੁਣ ਤੱਕ ਦੇ ਜੇ ਕੰਫਰਮ ਕੇਸ ਦੇਖੀਏ 238499 ਟੋਟਲ ਇਟਲੀ ਦੇ ਵਿੱਚ ਇੰਨਾ ਕੇਸ ਆ ਚੁੱਕਾ ਜੀ ਉਸ ਤੋਂ ਬਾਅਦ 182893 ਮਰੀਜ਼ ਇਟਲੀ ਦੇ ਵਿੱਚ ਇਸ ਮਹਾਮਾਰੀ ਦੇ ਨਾਲ ਠੀਕ ਵੀ ਹੋ ਚੁੱਕਾ 34634 ਮਰੀਜ਼ਾਂ ਦੀ ਇਟਲੀ ਦੇ ਵਿੱਚ ਮੌਤ ਹੋ ਗਈ ਹੈ ਜੀ ਪਰ ਜਿਹੜੇ ਇਸ ਟਾਈਮ ਪੋਜ਼ਿਟਿਵ ਕੀ ਚੱਲ ਰਹੇ ਨੇ ਪੋਜ਼ਿਟਿਵ ਮਰੀਜ਼ ਜੋ ਟੋਟਲ ਇਟਲੀ ਦੇ ਵਿੱਚ ਨੇ ਉਹਨਾਂ ਦੀ ਗਿਣਤੀ ਹੈ 20972 ਜਿਹੜੇ ਟੋਟਲ ਪੋਜ਼ਿਟਿਵ ਕੇਸ ਇਟਲੀ ਦੇ ਵਿੱਚ ਚੱਲ ਰਹੇ ਨੇ ਤੇ ਜੇ ਅਸੀਂ ਗੱਲ ਕਰੀਏ ਅੱਜ ਵੀ ਸਭ ਤੋਂ ਜ਼ਿਆਦਾ ਜਿਹੜੇ ਕੇਸ ਕੇਸ ਸਟੇਟ ਦੇ ਵਿੱਚ ਆਏ ਨੇ ਅੱਜ ਵੀ ਆਪਣੇ ਲੁੰਬਰਦੀਆ ਇਹਦੀ ਸਟੇਟ ਹੈ ਜੀ ਜਿਹਦੇ ਵਿੱਚ 128 ਲੁੰਬਰਦੀਆ ਦੇ ਵਿੱਚ ਆਏ ਨੇ ਪਿਉਨਤੇ ਦੇ ਵਿੱਚ 26 ਅਤੇ ਇਮੀਜਿਆ ਰੋਮਾਨੀਆ ਦੇ ਵਿੱਚ ਤੇ ਦੇ 14 ਏਸ਼ੀਆਨ ਸਟੇਟਾਂ ਨੇ ਜੀ ਅੱਜ ਜਿਨ੍ਹਾਂ ਦੇ ਵਿੱਚ ਅੱਜ ਇਸ ਮਹਾਮਾਰੀ ਦੇ ਨਾਲ ਕੋਈ ਡੈਥ ਨਹੀਂ ਹੋਈ ਸਿਰਫ ਇਸ ਮਹਾਮਾਰੀ ਦੀ ਹੀ ਗੱਲ ਕਰ ਰਹੇ ਹਾਂ ਜੀ ਇਸ ਮਹਾਮਾਰੀ ਦੇ ਨਾਲ 14 ਸਟੇਟਾਂ ਦੇ ਵਿੱਚ ਅੱਜ ਕਿਸੇ ਦੀ ਮੌਤ ਨਹੀਂ ਹੋਈ ਬਾਕੀ ਕਿਸੇ ਨਾ ਕਿਸੇ ਪਾਸੇ ਕੋਈ ਨਾ ਕੋਈ ਡਰਤੀ ਨਿਊਜ਼ ਜ਼ਰੂਰ ਆਈ ਹੈ ਜੀ ਜਿ세 ਇਟਲੀ ਦੀ ਜਿਹੜੀ ਡਿਟੇਲ ਥੋੜੀ ਜੀ ਹੋਰ ਵਿਸਤਾਰ ਨਾਲ ਦੇਖੀਏ ਵੇਰਵਾ ਜੇ ਦੇਖਦੇ ਹਾਂ ਘਰਾਂ ਦੇ ਵਿੱਚ ਜਿਹੜੇ ਇਸ ਟਾਈਮ ਹਾਊਸ ਇਜ਼ੋਲੇਟਡ ਹਾਊਸ ਘਰਾਂ ਦੇ ਵਿੱਚ ਜਿਹੜੇ ਆ ਇਜ਼ੋਲੇਮੈਂਟ ਤੋਂ ਦੋਮਿਚਿਲੀਆਰੇ ਜਿਹਨੂੰ ਅਸੀਂ ਕਹਿੰਦੇ ਆ 18510 ਬੰਦਾ ਜਿਹੜੋਮੈਂਟ ਤੋਂ ਦੋਮਿਚਿਲੀਆਰੇ ਦੇ ਵਿੱਚ ਜੋ ਕਿ ਕੱਲ ਦੇ ਨਾਲੋਂ 76 ਬੰਦੇ ਘਟਾ 76 ਘਟਨੇ ਪੋਜ਼ਿਟਿਵ ਵੀ ਕੱਲ ਦੇ ਨਾਲੋਂ 240 ਘਟਨੇ 2314 ਮਰੀਜ਼ ਹਸਪੀਟਲ ਦੇ ਵਿੱਚ ਇਸ ਟਾਈਮ ਦਾਖਲ ਨੇ ਕੱਲ ਦੇ ਨਾਲੋਂ 160 ਬੰਦਾ ਘਟ ਗਏ ਜਣੀ 160 ਮਰੀਜ਼ ਠੀਕ ਹੋ ਕੇ ਚਲਾ ਗਿਆ 148 ਮਰੀਜ਼ ਸੀਰੀਅਸ ਕੰਡੀਸ਼ਨ ਦੇ ਵਿੱਚ ਹਸਪਤਾਲ ਹਸਪਤਾਲਾਂ ਦੇ ਵਿੱਚ ਨੇ ਅੱਜ ਕੱਲ ਦੇ ਨਾਲ ਉਹ ਚਾਰ ਘਟ ਨੇ ਤੇ ਜੇ ਦੇਖਿਆ ਜਾਏ ਤਾਂ ਜਿਹੜੇ ਟੈਸਟ ਕਿੰਨੇ ਕੀਤੇ ਗਏ ਨੇ ਜੀ 40545 ਟੋਟਲ ਟੈਸਟ ਕੀਤਾ ਗਿਆ ਜੇ ਟੋਟਲ ਟੈਸਟ ਦੇਖੀਏ ਤਾਂ ਜੀ 4 ਲੱਖ 498470 ਟੈਸਟ ਹੋਣ ਦਾ ਕਰ ਕਰ ਲੈ ਨੇ ਵਾਹ ਲਾਸਟਲੀ 24 ਘੰਟਿਆਂ ਦੇ ਵਿੱਚ 40000 ਟੈਕਸ ਆਪਣਾ ਟੈਸਟ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਆਹ ਜਿਹੜੇ ਜਿੰਨੇ ਵੀ ਨਵੇਂ ਆਏ ਨੇ ਕੇਸ 224 ਉਹਨਾਂ ਦੇ ਵਿੱਚੋਂ ਆਏ ਨੇ ਨਵੇਂ ਕੇਸ ਹੁਣ ਅਸੀਂ ਇਸ ਤੋਂ ਬਾਅਦ ਚੱਲਦੇ ਹਾਂ ਆਪਣੇ ਇੰਡੀਆ ਵੱਲ ਇੰਡੀਆ ਵੱਲ ਦੇਖਦੇ ਹਾਂ ਇਸ ਟਾਈਮ ਸਿਚੁਏਸ਼ਨ ਕੀ ਚੱਲ ਰਹੀ ਹੈ ਜੀ ਇੰਡੀਆ ਦੀ ਜਿਹੜੀ ਸਿਚੁਏਸ਼ਨ ਦਿਨੋਂ ਦਿਨ ਕੋਸ਼ਣਾ ਕੋਸ਼ੇ ਦੇ ਵਿੱਚ ਫਰਕ ਪੈ ਰਿਹਾ ਕਿਸ ਇੱਕ ਪਾਸੇ ਵੱਧ ਰਹੇ ਨੇ ਤੇ ਦੂਜੇ ਪਾਸੇ ਮਰੀਜ਼ ਵੀ ਠੀਕ ਹੋ ਰਹੇ ਨੇ ਅੱਜ ਜਿਹੜੇ ਟੋਟਲ ਮਰੀਜ਼ ਇੰਡੀਆ ਦੇ ਵਿੱਚ ਹੋਏ ਨੇ 15158 ਟੋਟਲ ਮਰੀਜ਼ ਇੰਡੀਆ ਦੇ ਵਿੱਚ ਇੰਕਰੀਜ਼ ਹੋਇਆ ਵਧੀਆ ਜੀ 9069 6969 ਮਰੀਜ਼ ਇੰਡੀਆ ਦੇ ਵਿੱਚ ਠੀਕ ਹੋਇਆ ਜੋ ਕਿ ਗਿਣਤੀ ਬਹੁਤ ਹੀ ਵੱਡੀ ਹੈ ਬਹੁਤ ਵਧੀਆ ਇਹ ਇਹ ਨੂੰ ਅਸੀਂ ਕਹਿ ਸਕਦੇ ਹਾਂ 426 ਮਰੀਜ਼ਾਂ ਦੀ ਮੌਤ ਹੋਈ ਆ 13703 ਮਰੀਜ਼ ਇਸ ਟਾਈਮ ਇੰਡੀਆ ਦੇ ਵਿੱਚ ਟੋਟਲ ਇਸ ਬਿਮਾਰੀ ਦੇ ਨਾਲ ਮਰ ਚੁੱਕਾ ਜੀ ਇਹ ਚੀਜ਼ ਅਸੀਂ ਦੇਖੀ ਹੈ ਇਸ ਟਾਈਮ ਜਿਹੜੀ ਇੰਡੀਆ ਦੀ ਸਿਚੁਏਸ਼ਨ ਚੱਲ ਰਹੀ ਹੈ ਤਕਰੀਬਨ ਡੇਢ ਕੁ ਮਹੀਨਾ ਪਹਿਲਾਂ ਇਟਲੀ ਦੇ ਵਿੱਚ ਵੀ ਤਕਰੀਬਨ ਇਸ ਹਿਸਾਬ ਦੇ ਨਾਲ ਹੀ ਹਰ ਰੋਜ਼ ਜਿਹੜੀ ਗਿਣਤੀ ਵੱਧ ਰਹੀ ਸੀ ਪੰਜਾਬ ਨੂੰ ਦੇਖੀਏ ਤੇ ਪੰਜਾਬ ਦੇ ਵਿੱਚ 122 ਨਵੇਂ ਮਰੀਜ਼ ਆਏ ਨੇ 1275 ਟੋਟਲ ਪੰਜਾਬ ਦੇ ਵਿੱਚ ਇਸ ਟਾਈਮ ਪੋਜ਼ਿਟਿਵ ਨੇ 22 ਮਰੀਜ਼ ਠੀਕ ਤੇ ਇੱਕ ਮਰੀਜ਼ ਦੀ ਮੌਤ ਪੰਜਾਬ ਦੇ ਵਿੱਚ ਹੋਈ ਹੈ ਜੀ ਜੇ ਅਸੀਂ ਹਰਿਆਣੇ ਦੀ ਗੱਲ ਕਰੀਏ ਹਰਿਆਣੇ ਦੇ ਵਿੱਚ 412 ਨਵੇਂ ਕੇਸ ਆਏ ਨੇ 4918 ਮਰੀਜ਼ ਪੋਜ਼ੀਟਿਵ ਨੇ 429 ਮਰੀਜ਼ ਆਪਣੇ ਹਰਿਆਣੇ ਦੇ ਵਿੱਚ ਠੀਕ ਹੋਏ ਨੇ ਤੇ 11 ਮਰੀਜ਼ਾਂ ਦੀ ਹਰਿਆਣੇ ਦੇ ਵਿੱਚ ਮੌਤ ਹੋਈ ਹੈ ਤੇ ਰਾਜਸਥਾਨ ਦੀ ਜੇ ਗੱਲ ਕਰੀਏ ਤੇ ਰਾਜਸਥਾਨ ਦੇ ਵਿੱਚ ਜਿਹੜੇ ਟੋਟਲ ਨਵੇਂ ਕੇਸ ਆਏ ਨੇ ਜੀ 393 ਤੇ 2984 ਮਰੀਜ਼ ਐ ਇਸ ਟਾਈਮ ਉੱਤੇ ਪੋਜ਼ਿਟਿਵ ਐ 323 ਆਪਣਾ ਟੋਟਲ ਮਰੀਜ਼ ਠੀਕ ਹੋਇਆ ਰਾਜਸਥਾਨ ਦੇ ਵਿੱਚ ਤੇ 12 ਮਰੀਜ਼ਾਂ ਦੀ ਮੌਤ ਹੋਈ ਐ ਦਿੱਲੀ ਦੇ ਵਿੱਚ 3000 ਨਵੇਂ ਕੇਸ ਰਜਿਸਟਰ ਹੋਏ ਜੇ ਦਿੱਲੀ ਦਾ ਡਾਟਾ ਦੇਖੀਏ ਅਪਡੇਟ ਹੋਇਆ ਜੀ 5 ਘੰਟੇ ਪਹਿਲਾਂ ਦਾ ਇਹ ਡਾਟਾ ਦਿੱਲੀ ਦਾ ਜੋ ਅਪਡੇਟ ਹੋਇਆ 1719 ਮਰੀਜ਼ ਦਿੱਲੀ ਨੇ ਠੀਕ ਕੀਤਾ ਅੱਜ 36 ਮਰੀਜ਼ਾਂ ਦੀ ਦਿੱਲੀ ਦੇ ਵਿੱਚ ਮੌਤ ਹੋਈ ਐ ਇਸ ਤੋਂ ਬਾਅਦ ਪੰਜਾਬ ਦੇ ਜੇ ਤੁਸੀਂ ਜ਼ਿਲ੍ਹੇ ਜਾਣਨਾ ਚਾਹੁੰਦੇ ਹੋ ਕਿਹੜਾ ਕਿਹੜਾ ਜ਼ਿਲ੍ਹਿਆਂ ਦੇ ਵਿੱਚ ਜਿਆਦਾ ਚੱਲ ਰਿਹਾ ਹੈ ਨੇ ਕੇਸ ਤਾਂ ਇਹਦੇ ਬਾਰੇ ਤੁਸੀਂ ਸਾਨੂੰ ਕਮੈਂਟ ਵਿੱਚ ਲਿਖਿਓ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਜੇ ਇਸ ਜ਼ਿਲ੍ਹੇ ਨੂੰ ਤੁਸੀਂ ਬਿਲੋਂਗ ਕਰਦੇ ਹੋ ਹੁਸ਼ਿਆਰਪੁਰ ਤੋਂ ਆ ਜਾਂ ਫਿਰ ਨਵੇਂ ਸ਼ਹਿਰ ਤੋਂ ਆ ਜਿਹੜਾ ਵੀ ਤੁਹਾਨੂੰ ਜ਼ਿਲ੍ਹਾ ਲੱਗਦਾ ਜਾਂ 메ਨ ਸਟੇਟ ਲੱਗਦੀ ਆ ਉਹਦੇ ਵਿੱਚ ਤੇ ਅਸੀਂ ਕੋਸ਼ਿਸ਼ ਕਰਾਂਗੇ ਜੀ ਉਹਨਾਂ ਨੂੰ ਆਪਣੇ ਵਿੱਚ ਐਂਟਰ ਕਰ ਦਿੰਦੇ ਹਾਂ ਕਿਉਂਕਿ ਸਾਰੇ ਅਸੀਂ ਨਹੀਂ ਦੱਸ ਰਹੇ ਕਿਉਂਕਿ ਫਿਰ ਬਹੁਤ ਲੰਬੀ ਵੀਡੀਓ ਹੋ ਜਾਂਦੀ ਹੈ ਤੇ ਮੇਨ ਉਹੀ ਅਸੀਂ ਦੱਸ ਰਹੇ ਹਾਂ ਜਿਨ੍ਹਾਂ ਦੇ ਵਿੱਚ ਬੰਦੇ ਆਪਣੇ ਸਾਨੂੰ ਸੁਣਦੇ ਨੇ ਜਿਹਨਾਂ ਸਟੇਟਾਂ ਤੋਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਮੈਂ ਐਸੋਸੀਏਸ਼ਨ ਯੂਨੀਵਰਸਲ ਤੇ ਯੂਕਿ ਯੂਨੀਵਰਸਲ ਦਾ ਹੈਡ ਹਾਂ ਔਰ ਸਾਡੀ ਐਸੋਸੀਏਸ਼ਨ ਜੋ ਹੈ ਉਹ ਬੇਸਿਕਲੀ ਹਲੇ ਤੱਕ ਆਰਟਿਸਟਿਕ ਕੰਮ ਕਰਦੇ ਰਹੀਏ ਅਸੀਂ ਡਾਕੂਮੈਂਟਰੀ ਫਿਲਮ ਮੇਕਰ ਸਗੇ ਆਂ ਔਰ ਥੀਏਟਰ ਆਰਟਿਸਟ ਵੀ ਹੈਗੇ ਤੇ ਪਰ ਕੁਝ ਇੱਕ ਸਾਲ ਤੋਂ ਜਦੋਂ ਦੇਖਿਆ ਕਿ ਸਾਡੀ ਕਮਿਊਨਿਟੀ ਇੱਥੇ ਕੁਝ ਕਮੀਆਂ ਹੈਗੀਆਂ ਤੇ ਅਸੀਂ ਕੁਝ ਸੋਸ਼ਲ ਕੰਮ ਵੀ ਕਰਨਾ ਸ਼ੁਰੂ ਕੀਤਾ ਉਹਨਾਂ ਵਿੱਚ ਅਸੀਂ ਪਹਿਲੀ ਸ਼ੁਰੂਆਤ ਇਹ ਕੀਤੀ ਕਿ ਇੰਡੀਅਨ ਐਂਬੈਸੀ ਦੇ ਨਾਲ ਮਿਲ ਕੇ ਅਸੀਂ ਤੇ ਬਾਕੀ ਜਿੰਨੇ ਵੀ ਗੁਰਦੁਆਰੇ ਨੇ ਜਿਹਨਾਂ ਨਾਲ ਸਾਡਾ ਪਾਰਟਨਰਸ਼ਿਪ ਕੀਤੀ ਅਸੀਂ ਇਟਾਲੀਅਨ ਲੈਂਗੁਏਜ ਦੇ ਕੋਰਸ ਸ਼ੁਰੂ ਕੀਤੇ ਤੇ ਉਹ ਸਾਡੀ ਵੈਬਸਾਈਟ ਦੇ ਉੱਪਰ ਪੂਰਾ ਡਿਟੇਲ ਹੈਗੀ ਹੈ ਜਿਹੜੇ ਜਿਹੜੇ ਕੋਰਸ ਕੀਤੇ ਸੀ ਸ਼ੁਰੂਆਤ ਕੀਤੀ ਤੇ ਇਸ ਟਾਈਮ ਕੋਰਸਸ ਬੰਦ ਨੇ ਕਿਉਂਕਿ ਇਸ ਬਿਮਾਰੀ ਦੇ ਕਾਰਨ ਅਸੀਂ ਕੋਰਸਸ ਅੱਗੇ ਅਪਲਾਈ ਨਹੀਂ ਕਰ ਸਕਦੇ ਸਾਡੀ ਬੇਸਿਕ ਚੀਜ਼ ਇਹ ਹੈ ਕਿ ਸਾਡੇ ਬੰਦੇ ਕਿਸੇ ਨਾ ਕਿਸੇ ਤਰੀਕੇ ਇਟਲੀ ਵਿੱਚ ਆਪਣੇ ਆਪ ਨੂੰ ਸਸ਼ਕਤ ਕਰ ਸਕਣ ਜਿੱਤੇ ਵਿੱਚ ਲੈਂਗੁਏਜ ਤੁਹਾਡੀ ਪ੍ਰੋਬਲਮ ਹੈਗੀ ਹੈ ਕਿਉਂਕਿ ਸਾਡੇ ਬੰਦੇ ਤੇ 20-20 ਸਾਲ ਰਹਿਣ ਦੇ ਬਾਅਦ باوجود ਵੀ ਇਟਾਲੀਅਨ ਲੈਂਗੁਏਜ ਮਾੜੀ ਬੋਟੀ ਬੋਲਦੇ ਨੇ ਤੇ ਬਿਨਾ ਬੋਲੀ ਦੇ ਤੇ ਕੋਈ ਕੰਮ ਹੁੰਦਾ ਨਹੀਂ ਹਾ ਹੋਂ ਵੀ ਜਿਵੇਂ ਅਸੀਂ ਇਸ ਟਮ ਸ਼ੁਰੂਆਤ ਕਰਦੇ ਹਾਂ ਕਿ ਬੈਠੇ ਗੱਲ ਕਰ ਰਹੇ ਸੀ ਤੇ ਗੱਲ ਆਈ ਸਾਹਮਣੇ ਕਿ ਸਾਡੇ ਬੰਦੇ ਇੰਡੀਆ ਚ ਬੜੇ ਫਸੇ ਫਸੇ ਹੋਏ ਨੇ ਬਿਮਾਰੀ ਕਰਕੇ ਤੇ ਅਸੀਂ ਉਹਨਾਂ ਵਾਸਤੇ ਇਟਾਲੀਅਨ ਐਮਬੈਸੀ ਤੇ ਇੰਡੀਅਨ ਐਮਬੈਸੀ ਦੋਨਾਂ ਨਾਲ ਗੱਲ ਕੀਤੀ ਵੀ ਕੀ ਕੀਤਾ ਜਾ ਸਕਦਾ ਤੇ ਉਹਨਾਂ ਨੇ ਕਹਿੰਦੇ ਲਿਸਟ ਤਿਆਰ ਕਰੋ ਘੱਟ ਤੋਂ ਪਹਿਲੀ ਗੱਲ ਤੇ ਤੇ ਅਸੀਂ ਇੱਕ ਆਨਲਾਈਨ ਫਾਰਮ ਬਣਾਇਆ ਤੇ ਉਹਦੇ ਵਿੱਚ ਅਸੀਂ ਕੋਈ 5 ਦਿਨਾਂ ਵਿੱਚ ਹੀ ਆਲਮੋਸਟ 1000 ਬੰਦਿਆਂ ਦੇ ਨਾਮ ਇਕੱਠੇ ਕਰ ਲਏ ਜਿਹਦੇ ਵਿੱਚ ਇੱਕ ਗੁਰਮੁਖ ਸਿੰਘ ਹਜ਼ਾਰ ਸਾਡੇ ਹੈਗੇ ਨੇ ਉਹਨਾਂ ਨੇ ਆਪਣੇ ਵੱਲੋਂ ਸ਼ੁਰੂਆਤ ਕੀਤੀ ਹੋਈ ਸੀ ਤੇ ਉਹਨਾਂ ਵੱਲੋਂ ਵੀ ਸਾਡੇ ਕੋਲ ਲਿਸਟ ਆਈ 100-150 ਬੰਦਿਆਂ ਦੀ ਤੇ ਮਿਲਾਵਨੂ ਕਿ 1000 1100 ਦੇ ਆਸ-ਪਾਸ ਬੰਦੇ ਦੀ ਲਿਸਟ ਸਿਸਟਮ ਹੈਗੀ ਹੈ ਤੇ ਅਸੀਂ ਉਹ ਲਿਸਟ ਬਣਾ ਕੇ ਇਟਾਲੀਅਨ ਐਂਬੈਸੀ ਦਿੱਲੀ ਤੇ ਇੰਡੀਅਨ ਐਂਬੈਸੀ ਰੋਮ ਵਿੱਚ ਵਿੱਚ ਹੁਣ ਉਸ ਲਿਸਟ ਵਿੱਚ ਕੁਝ ਇੱਕ ਐਸੀ ਇਨਫੋਰਮੇਸ਼ਨ ਵੀ ਹੈਗੀ ਹੈ ਜਿਹਦੇ ਵਿੱਚ ਬੇਸਿਕਲੀ ਸੁਪੋਜ਼ ਕਰੋ ਕਿਸੇ ਦੀ ਪਰਮਿਸ਼ਨ ਸੋਸ ਜਨਨ ਅਨਲਿमिटेड ਹੈਗੀ ਹੈ ਤੇ ਉਹ ਸਾਡੇ ਕੋਲ ਗਲਤੀ ਹੋ ਗਈ ਫਾਰਮ ਦੇ ਵਿੱਚ ਅਸੀਂ ਇਹ ਆਪਸ਼ਨ ਨਹੀਂ ਦੇਖੀ ਤੇ ਉਹਨਾਂ ਨੇ ਡੇਟ ਭਰਤੀ ਕੋਈ ਆਪਣੇ ਹਿਸਾਬ ਦੇ ਨਾਲ ਹੀ ਤੇ ਫਿਰ ਉਹ ਐਂਬੈਸੀ ਸਾਨੂੰ ਲਿਸਟ ਵਾਪਸ ਭੇਜੀ ਹੈ ਕਿ ਤੁਸੀਂ ਇਹ ਜਿਹੜਾ ਡੇਟ ਵਗੈਰਾ ਚੈੱਕ ਕਰਕੇ ਕਨਫਰਮ ਕਰਕੇ ਤੇ ਜਿਵੇਂ ਅਸੀਂ ਉਹ ਵਾਸਤੇ ਕਰਦੇ ਪਏ ਆ ਪਲੱਸ ਕੁਝ ਇੱਕ ਲੋਕ ਐਸੇ ਵੀ ਨੇ ਜਿਨ੍ਹਾਂ ਕੋਲ ਵੀਜ਼ਾ ਆਇਆ ਨਾ ਸਿਰਫ ਫੈਮਿਲੀ ਵੀਜ਼ਾ ਤੇ ਉਹਨਾਂ ਨੇ ਪਹਿਲੀ ਵਾਰ ਥਿਆਣਾ ਸੀ ਤੇ ਉਹ ਥੋੜੀ ਕੁਛ ਇੱਕ ਡਾਟਾ ਹੈ ਜੋ ਕਿ ਅਸੀਂ ਕਰੈਕਟ ਕਰਕੇ ਜਿੱਥੇ ਸਾਨੂੰ ਡਾਊਟ ਹੈਗਾ ਅਸੀਂ ਉੱਥੇ ਉਸ ਫੈਮਿਲੀ ਨੂੰ ਜਾਂ ਉਸ ਬੰਦੇ ਨੂੰ ਜਾਂ ਲੇਡੀ ਨੂੰ WhatsApp ਤੇ ਕੰਟੈਕਟ ਕਰਕੇ ਵੀ ਤੁਹਾਡੀ ਡਿਟੇਲ ਜੋ ਤੁਹਾਡੇ ਕੋਲ ਹੈ ਉਹ ਠੀਕ ਹੈਗੀ ਹੈ ਉਸੇ ਆਧਾਰ 'ਤੇ ਅਸੀਂ ਕਰੈਕਟ ਇਨਫੋਰਮੇਸ਼ਨ ਅੱਜਕੱਲ ਦੇ ਵਿੱਚ ਇੰਡੀਆ ਅੰਬੈਸੀ ਨੂੰ ਪੇਜ ਇੰਡੀਆ ਅੰਬੈਸੀ ਤੇ ਇਟਾਲੀਅਨ ਅੰਬੈਸੀ ਨੂੰ ਪੇਜ ਦੇਣੀ ਆ ਉਸ ਤੋਂ ਬਾਅਦ ਮੈਨੂੰ ਜੋ ਖਬਰ ਹੈ ਕਿ ਇਹ ਮੈਸੀ ਨੇ ਅੱਗੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਵੀ ਲਿ스트 ਕਰ ਚੁੱਕੀ ਹੈ ਤੇ ਬਾਕੀ ਸਾਡੀ ਗੁਜਾਰਿਸ਼ ਹੈ ਇਹ ਹੈ ਕਿ ਸਰਕਾਰਾਂ ਨੂੰ ਕਿ ਇਸ ਮਸਲੇ ਨੂੰ ਦੇਖਿਆ ਜਾ ਤੰਦੇ ਨਾਲ ਕਿਉਂਕਿ ਸਭ ਨੂੰ ਪਤਾ ਹੈ ਕਿ ਬਿਨਾ ਕੰਮ ਦੇ ਗੁਜ਼ਾਰਾ ਨਹੀਂ ਹੁੰਦਾ ਔਰ ਸਾਡੇ ਪੰਦੇ ਐਸਐਮ ਜੋ ਫਸੇ ਹੋਏ ਨੇ ਉਹਨਾਂ ਦੇ ਕੰਮਾਂ ਦੀ ਕੀ ਹਾਲਤ ਉੱਤੇ ਹੋਣੀ ਹੈ ਕਾਫੀ ਲੋਕਾਂ ਦੇ ਆਪਣੇ ਕੰਮ ਨੇ ਤੇ ਉਹ ਸ਼ਾਇਦ ਕੰਮ ਬੰਦ ਹੋਣ ਦੀ ਕਾਰਨ ਤੇ ਆਏ ਹੋਏ ਨੇ ਕਿਉਂਕਿ 2-3 ਮਹੀਨੇ ਇੱਥੇ ਵੀ ਸਭ ਕੁਝ ਬੰਦ ਰਿਹਾ ਤੇ ਹੁਣ ਜਾ ਕੇ ਸ਼ੁਰੂਆਤ ਹੋਈ ਹੈ ਤੇ ਉਹਦੇ ਨਾਲਾ ਇੰਡਿਆ ਵਿੱਚ ਜੇ ਬਿਮਾਰੀ ਵਧ ਰਹੀ ਹੈ ਔਰ ਅਗਰ ਸਹੀ ਟਾਈਮ ਤੇ ਉਹ ਲੋਕੀ ਵਾਪਸ ਨਹੀਂ ਆ पाए ਤੇ ਹੋ ਸਕਦਾ ਹੈ ਕਿ ਉਹਨਾਂ ਦੇ ਕੰਮ ਬੰਦ ਹੋ ਜਾਣ ਤੇ ਜਿਨ੍ਹਾਂ ਦੀ ਨੌਕਰੀ ਹੈ ਉਹਨਾਂ ਦੀ ਨੌਕਰੀ ਚਲੀ ਜਾਏ ਤੇ ਫੈਮਿਲੀਆ ਦੀ ਹਾਲ ਖਰਾਬ ਹੋ ਸਕਦੀ ਹੈ ਤੇ ਸਾਡੀ ਗੁਜਾਰਿਸ਼ ਹੈ ਕਿ ਉਹਨਾਂ ਵਾਸਤੇ ਕੋਈ ਨਾ ਕੋਈ ਤਰੀਕੇ ਫਲਾਈਟ ਦਾ ਅੰਜਾਮ ਕਰਕੇ ਸਹੀ ਰੇਟ ਉੱਪਰ ਕਿਉਂਕਿ ਐਸੇ ਮੈਂ ਵੀ ਸੋਨ ਨੂੰ ਮਿਲਦਾ ਪਿਆ ਕਿ ਜੋ ਫਲਾਈਟਸ ਦਾ ਰੇਟ ਨੇ ਔਰ ਨਾਰਮਲ ਜੋ ਕਮਰਸ਼ੀਅਲ ਫਲਾਈਟ ਸੀ ਉਹਨਾਂ ਤੋਂ ਕਾਫੀ ਜ਼ਿਆਦਾ ਨੇ ਤੇ ਅਗਰ ਸਰਕਾਰਾਂ ਮਿਲ ਕੇ ਆਪਸ ਦੇ ਵਿੱਚ ਜੋ ਲੋਕ ਫਸੇ ਪਏ ਨੇ ਜੋ ਕਿ ਇਟਲੀ ਦੇ ਰੈਜ਼ੀਡੈਂਟ ਨੇ ਉਹਨਾਂ ਦੀ ਹੈਲਪ ਕਰਨ ਤੇ ਉਹ ਲੋਕ ਇੱਥੇ ਆ ਕੇ ਆਪਣਾ ਜ਼ਿੰਦਗੀ ਮਤਲਬ ਕੰਮ ਵਗੈਰਾ ਦੇਖ ਸਕਣ ਤੇ ਇਹ ਗੁਜਾਰਿਸ਼ ਹੈ ਜੀ ਬਾਈ ਗੋਦੀਖਾਲ ਸਾਹਿਬ ਹੈ ਗੁਜਾਰਿਸ਼ ਕਿ ਫਤਹਿ ਇਸ ਵੀਡੀਓ ਤੋਂ ਬਾਅਦ ਇਹ ਜਿਹੜੀ ਤੁਸੀਂ ਹੁਣ ਵੀਡੀਓ ਦੇਖੀ ਹੈ ਜੀ ਹੁਣ ਗੱਲ ਕਰਦੇ ਆ ਉਸ ਗੱਲ ਦੀ ਜਿਹਦੇ ਬਾਰੇ ਅਸੀਂ ਤੁਹਾਨੂੰ ਦੱਸਿਆ ਸੀ ਕਿ ਇੰਤਜ਼ਾਰ ਆ ਤੁਹਾਨੂੰ ਰਾਹਤ ਮਿਲਣੀ ਹੈ ਚੈਨ ਮਿਲਣੀ ਹੈ ਉਹ ਕਿਹੜੀ ਖਬਰ ਆ ਉਹ ਹੀ ਖਬਰ ਆ ਜੀ ਕਿ ਆਖਿਰਕਾਰ ਇਸ ਜਿਹੜੀ ਨਵੀਂ ਸਰਕਾਰ ਨੇ ਇਹ ਫੈਸਲਾ ਲੈ ਹੀ ਲਿਆ ਜੀ ਨਵੀਂ ਸਰਕਾਰ ਨੇ ਫੈਸਲਾ ਲੈ ਲਿਆ ਕਿ ਵਾਟ ਇਸ ਸਾਰਿਆਂ ਦੇ ਸਾਨੂੰ ਅਸੀਂ ਮੇਰੇ ਸਾਨਾ ਸ਼ਾਇਦ ਹੀ ਕੋਈ ਬੰਦਾ ਹੋਗਾ ਜਿਸ ਜਿਹੜਾ ਇਸ ਨੂੰ ਨਾਲ ਨੂੰ ਨਹੀਂ ਜਾਣ ਦੋਗਾ ਮਤੀਓਸ ਅਲਵੀਨ ਜੀ ਜਿਹੜਾ ਉਹਨਾਂ ਨੇ ਦੇਕਰੇ ਤੋਂ ਸਿਕੁਰੈਸਾ ਬਣਾਇਆ ਸੀ ਜੋ ਕਿ ਜਿਸ ਟਾਈਮ ਨਵੀਂ ਸਰਕਾਰ ਬਣੀ ਸੀ ਉਸੇ ਟਾਈਮ ਹਫ਼ਤੇ ਦੇ ਵਿੱਚ ਪਤਾ ਲੱਗ ਗਿਆ ਸੀ ਕਿ ਆਉਣ ਵਾਲੇ 8-10 ਹਫ਼ਤਾ ਮਹੀਨੇ ਦੇ ਵਿੱਚ ਵਿੱਚ ਇਹਨਾਂ ਨੇ ਸਭ ਕੁਝ ਚੇਂਜ ਕਰ ਦੋ ਤੇ ਗੱਲ ਕਰਨੀ ਵੀ ਇਸ ਤਰ੍ਹਾਂ ਹੀ ਸੀ ਪਰ ਹੁਣ ਖਬਰਾਂ 'ਚ ਇਹ ਆਈ ਹੈ ਜੀ ਗੱਲ ਕਿ ਆਹ ਜਿਹੜਾ ਹਫ਼ਤਾ ਚੜਨ ਲੱਗਾ ਇਹਦੇ ਵਿੱਚ ਦੇਕਰੇ ਤੋਂ ਸਿਕੁਰੈਸਾ ਚੰਗੀ ਤਰ੍ਹਾਂ ਘਟਨਾ ਨਹੀਂ ਹੈ ਖਤਮ ਨਹੀਂ ਕਰਨਾ ਹਾਂਜੀ ਇਹਨੂੰ ਥੋੜਾ ਜਿਆਦਾ ਮੋਡੀਫਾਈ ਕੀਤਾ ਜਾਏਗਾ ਮੋਡੀਫਾਈ ਕਿਸੇ ਹਿਸਾਬ ਦੇ ਨਾਲ ਕੀਤਾ ਜਾਏਗਾ ਉਮੀਦ ਇਹ ਹੀ ਹੈ ਕਿ ਜਿਹੜਾ ਸਭ ਤੋਂ ਮੇਨ ਸੀਗੀ ਇੱਕ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਗੱਲ ਸੁਣ ਦੇ ਵਿੱਚ ਆ ਰਹੀ ਹੈ ਸ਼ਾਇਦ ਇਹ ਜਿਹੜਾ ਬੰਦਿਆਂ ਦੇ ਜਿਹਨਾਂ ਨੂੰ ਰਿਕਵੈਸਟ ਆ ਅਜ਼ੀਲ ਹੋਣਾ ਦਾ ਰੈਜ਼ੀਡੈਂਸੀ ਵਾਲਾ ਜਿਹੜਾ ਉਹਨੂੰ ਸੈੱਟ ਕਰੂਗੇ ਉਸ ਤੋਂ ਬਾਅਦ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਇਟਾਲੀਅਨ ਪਾਸਪੋਰਟ ਦਾ 4 ਸਾਲ ਦਾ ਟਾਈਮ ਆ ਉਹ 4 ਸਾਲ ਤੋਂ 2 ਸਾਲ ਤੇ ਵਾਪਸ ਆ ਜਾਵੇ ਪਰ ਇਸ ਗੱਲ ਦੀ ਅਸੀਂ ਗਾਰੰਟੀ ਕੋਈ ਨਹੀਂ ਕਰ ਰਿਹਾ ਹਾਂਜੀ ਇਹ ਜ਼ਰੂਰ ਆ ਕਿ ਇਹ ਹਫ਼ਤੇ ਜਿਹੜਾ ਆਉਣ ਵਾਲਾ ਚੜਨ ਵਾਲਾ ਹਫ਼ਤਾ ਇਹਦੇ ਵਿੱਚ ਸਰਕਾਰ ਨੇ ਕਿਹਾ ਕਿ ਸਲਵੀ ਮੱਤੇਓ ਸਲਵਿਨੀ ਜੀ ਬੋਲੋਂ ਜਿਹੜੇ ਵੀ ਦਿੱਕਰੇ ਤੀਸੀ ਕੁਰੇਚਾ ਬਣਾਏ ਗਏ ਸਨ ਉਹਨਾਂ ਨੂੰ ਮੋਡੀਫਾਈ ਕੀਤਾ ਜਾਏਗਾ ਜੇ ਹੋ ਸਕੇ ਤਾਂ ਸ਼ਾਇਦ ਕੱਟ ਵੀ ਦੇਣ ਪਰ ਮੋਡੀਫਾਈ ਕੀਤਾ ਜਾਏਗਾ ਇਸ ਕਰਕੇ ਇਸ ਹਫ਼ਤੇ ਦੇ ਵਿੱਚ ਆਪਾਂ ਨੂੰ ਜਰੂਰ ਕੋਈ ਨਾ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਜਾਣੀ ਹੈ ਕਿਉਂਕਿ ਸਰਕਾਰ ਨੇ ਫੈਸਲਾ ਲੈ ਲਿਆ ਤੇ ਚਲੋ ਚੰਗਾ ਜੀ ਸੱਚੀ ਗੱਲ ਸਾਰਿਆਂ ਨੂੰ ਇਹ ਸੀ ਅੱਜ ਦੀਆਂ ਆਪਣੀਆਂ ਕੁਝ ਖਬਰਾਂ ਕੱਲ ਨੂੰ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਆਵਾਂਗੇ ਜੀ ਤੁਸੀਂ ਸੁਣ ਰਹੇ ਸੀ ਕੁਲਜੀਤ ਸਿੰਘ ਦੇ ਨਾਲ ਟੈਲੈਂਟ ਖਬਰਾਂ ਪੰਜਾਬੀ ਦੇ ਵਿੱਚ ਤੇ ਵਧੀਆ ਲੱਗਦੇ ਤੁਹਾਡੇ ਕਮੈਂਟ ਆ ਬੜਕੇ ਤੁਹਾਡੀਆਂ ਪੋਜ਼ਿਟਿਵ ਗੱਲਾਂ ਸੁਣ ਕੇ ਕਿ ਤੁਹਾਨੂੰ ਸਾਡੇ ਤੋਂ ਇਨਫੋਰਮੇਸ਼ਨ ਮਿਲਦੀ ਐ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਇਨਫੋਰਮੇਸ਼ਨ ਦੇਣ ਦੀ ਤੇ ਕਾਫੀ ਸਾਰੀਆਂ ਖਬਰਾਂ ਹੁੰਦੀਆਂ ਕਾਫੀ ਨਿਊਜ਼ਾਂ ਹੁੰਦੀਆਂ ਕਵਰ ਕਰਨ ਦੇ ਲਈ ਜੇ ਦੇਖਿਆ ਜਾਦਾ ਸਾਰਾ ਦਿਨ ਵੀ ਅਸੀਂ ਕਵਰੇਜ ਕਰ ਸਕਦੇ ਹਾਂ ਪਰ ਉਹਦੇ ਲਈ ਟਾਈਮ ਬਹੁਤ ਚਾਹੀਦਾ ਟਾਈਮ ਦੀ ਸਾਡੇ ਕੋਲ ਵੀ ਕਮੀ ਹੈ ਇਸ ਕਰਕੇ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਨੋਟ ਕੀਤਾ ਹੋਣਾ ਕਿ ਸਾਡੀਆਂ ਖਬਰਾਂ ਥੋੜੀਆਂ ਜਿਹੀਆਂ ਲੇਟ ਆਉਂਦੀਆਂ ਬਾਕੀ ਚੈਨਲ ਬੇਸੇ ਵੀ 9 9:30 8 9:30 ਇਹੀ ਟਾਈਮ ਹੁਣ ਸਾਡੀਆਂ ਖਬਰਾਂ ਦਾ ਬਣ ਚੁੱਕਾ ਹੈ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਇੱਕ ਟਾਈਮ ਨੂੰ ਹੀ ਬਰਕਰਾਰ ਰੱਖਣ ਦੀ ਤੇ ਮਿਲਦੇ ਆਂ ਜੀ ਅਸੀਂ ਹੁਣ ਕੱਲ ਦੇ ਟੌਪਿਕ ਵਿੱਚ ਜਿਹਦੇ ਵਿੱਚ ਅਸੀਂ ਕਿਸੇ ਹੋਰ ਵਿਸ਼ੇ ਉੱਤੇ ਗੱਲ ਕਰਾਂਗੇ ਉਨਾਂ ਚਿਰ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਅਸੀਂ ਰੱਖਿਓ ਜੀ ਤੁਸੀਂ ਸੁਣ ਰਹੇ ਸੀ ਕੁਰੂ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ